ਜੀ ਵੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਜੀ ਤਾਂ ਆਪਣੇ ਚੈਨਲ ਨੂੰ ਥੱਲੇ ਦਿਖ ਰਹੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉਸ ਦੀ ਨਾਲ ਲੱਗੇ ਬੈਲ ਆਈਕਨ ਨੂੰ ਔਫ ਤੇ ਪ੍ਰੈਸ ਕਰ ਲਓ ਜੀ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਨਵੇਂ ਨੇ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਜੀ ਆਪਣੇ ਚੈਨਲ ਤੇ ਜਾਂ ਪੇਜ ਤੇ ਜੀ ਕਿਸੇ ਵੀ ਸਾਧਨ ਦੀ ਐਡ ਲਗਵਾਉਣੀ ਹੋਵੇ ਜੀ ਤਾਂ ਸਕਰੀਨ ਉੱਪਰ ਨੰਬਰ ਸ਼ੋਅ ਰਿਹਾ ਜੀ ਉਸ ਨੰਬਰ ਤੇ ਤੁਸੀਂ WhatsApp 'ላይ ਫੋਟੋਆਂ ਤੇ ਜਾਣਕਾਰੀ ਭੇਜ ਕੇ ਜੀ ਕਿਸੇ ਵੀ ਸਾਧਨ ਦੀ ਆਪਣੇ ਚੈਨਲ ਤੇ ਜੀ ਜਾਂ Facebook ਪੇਜ ਤੇ ਜੀ ਐਡ ਲਗਵਾ ਸਕਦੇ ਹੋ ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ ਇਸ ਵਕਤ ਜੀ ਸਾਰੇ ਵੀਰ ਭਰਾਵਾਂ ਦਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਸੇਲ ਵਾਸਤੇ ਲੈ ਕੇ ਆਏ ਜੀ 1 ਕੇ ਵੀਲਵੇ 4 ਟਰੈਕਟਰ ਵਕਿਆਉਨੇ ਤੇ 1 ਟਰਾਲੀ ਵਕਿਆਉ ਹੈ ਜੀ ਤੇ ਏਰੀਆ ਜੋ ਵੀਰ ਦਾ ਬਰਨਾਲਾ ਵੀਰ ਦਾ ਏਰੀਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਤੇ ਸਭ ਤੋਂ ਪਹਿਲਾਂ ਜੀ ਸੇਲ ਵਾਸਤੇ ਲੈ ਕੇ ਆ ਜੀ ਇਹ ਸਬਰਾਜ 855 ਟਰੈਕਟਰ ਵਕਊ ਹੈ ਜੀ ਤੇ ਇਹ ਟਰੈਕਟਰ 2003 ਮਾਡਲ ਹੈ ਜੀ ਬਾਕੀ ਵਧੀਆ ਪੂਰਾ ਸਾਫ ਪਿਆ ਆਲ オリジナル ਟਰੈਕਟਰ ਪਿਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਹੈ ਜੋ ਚਾਰੇ ਟਾਇਰ ਨੇ ਜੋ ਟਰੈਕਟਰ ਦੇ ਬਿਲਕੁਲ ਨਿਊ ਕੰਡੀਸ਼ਨ ਦੇ ਟਾਇਰ ਪੰਨੇ ਜੀ ਪੰਜਾਬ ਨੰਬਰ ਹੈ ਜੀ ਡਾਇਰੈਕਟਰ 6 ਜੀ ਏਰੀਆ ਜੀ ਟਰੈਕਟਰ ਤੇ ਰੇਟ ਵੀਨੇ ਰੱਖੇ ਜੋ 295000 ਰੁਪਏ ਵੀਨੇ ਰੇਟ ਰੱਖੇ ਜੀ 295000 ਰੁਪਏ ਵੀਨੇ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਤੇ ਅੱਗੇ ਜੋ ਇਸ ਵੀਲ ਵਿੱਚ ਸਵਰਾਜ 735 ਐਫੀ ਟਰੈਕਟਰ ਵਕੇ ਹੋਏ ਜੀ ਤੇ ਇਹ ਟਰੈਕਟਰ 2000 ਮਾਡਲ ਹੈ ਜੀ 2000 ਮਾਡਲ ਹੈ ਜੀ ਟਰੈਕਟਰ ਪੰਜਾਬ ਨੰਬਰ ਹੈ ਜੀ ਇਹ ਵੀ ਟਰੈਕਟਰ ਤੇ ਟਾਇਰਾਂ ਦੀ ਕੰਡੀਸ਼ਨ ਹੈ ਜੋ ਚਾਰੇ ਟਾਇਰ ਜੋ ਟਰੈਕਟਰ ਦੇ ਜੀ 85% ਕੰਡੀਸ਼ਨ ਚ ਟਾਇਰ ਪੈ ਨੇ ਜੀ ਬਾਕੀ ਇੰਜਨ ਗਿਅਰ ਲਿਫਟ ਪੰਪ ਦਾ ਟਰੈਕਟਰ ਪੂਰਾ ਵਧੀਆ ਪਿਆ ਜੀ ਲੈਂਡਸਮੈਨ ਚਲਾ ਕੇ ਚੱਕਰ ਕੇ ਖਰੀਦ ਸਕਦੇ ਹੋ ਤੇ ਰੇਟ ਵੀ ਨੇ ਰੱਖਿਆ ਜੋ 235000 ਰੁਪਏ ਬਿਨੇ ਰੇਟ ਰੱਖਿਆ ਜੀ 235000 ਰੁਪਏ ਬਿਨੇ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਰਾ ਜੀ ਕੰਟੈਕਟ ਕਰਕੇ ਜੀ ਸਵਰਾਸ 735 ਐਫਓ ਟਰੈਕਟਰ ਖਰੀਦ ਸਕਦੇ ਹੋ ਜੀ ਤੇ ਅੱਗੇ ਜੋ ਸੇਲਬਸ ਤੇ ਲੈ ਕੇ ਆਂ ਜੀ ਸਵਰਾਜ 735 FE ਟਰੈਕਟਰ ਵਿਕਿਆ ਹੋਇਆ ਜੀ ਤੇ ਇਸ ਵੀਲ ਦੇ ਸੇਲਬਸ ਤੇ ਜੀ ਤੇ ਇਹ ਟਰੈਕਟਰ 1994 ਮਾਡਲ ਹੈ ਜੀ 1994 ਮਾਡਲ ਹੈ ਜੀ ਟਰੈਕਟਰ ਐਚ ਆਰ ਨੰਬਰ ਹੈ ਜੀ ਹਰਿਆਣਾ ਨੰਬਰ ਹੈ ਜੀ ਟਰੈਕਟਰ ਚਾਰੇ ਟਾਇਰ ਨੇ ਜੋ ਟਰੈਕਟਰ ਦੇ ਨਿਊ ਕੰਡੀਸ਼ਨ ਚ ਟਾਇਰ ਪੈਨੇ ਜੀ ਬਾਕੀ ਵਧੀਆ ਪੂਰਾ ਸਾਫ ਹੈ ਟਰੈਕਟਰ ਇੰਜਨ ਗੇਅਰ ਦਾ ਪੂਰਾ ਓਕੇ ਪਿਆ ਜੀ ਰੇਟ ਵੀ ਨ ਰੱਖ ਜੋ 1 ਲੱਖ 48000 ਰੁਪਏ ਵੀ ਨਾ ਰੇਟ ਰੱਖੇ ਜੀ 1 ਲੱਖ 48000 ਰੁਪਏ ਵੀ ਨਾ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਤੇ ਅੱਗੇ ਜੋ ਇਸ ਵੀਲ ਦੇ ਵੀਰੇ ਟਰਾਲੀ ਸੇਲ ਬਸ ਤੇ ਜੀ ਤੇ ਸਿੰਗਲ ਡੈਰੀ ਟਰਾਲੀ ਵਕਾਊ ਹੈ ਜੀ ਤੇ ਏ ਟਰਾਲੀ ਦਾ ਸਾਈਜ਼ ਜੋ 10 ਫੁੱਟ ਲੰਬੀ ਹੈ ਜੀ 6 ਫੁੱਟ ਚੌੜੀ ਹੈ ਜੀ 10/6 ਫੁੱਟ ਦੀ ਟਰਾਲੀ ਵਕਾਊ ਹੈ ਜੀ ਸਿੰਗਲ ਡੈਰੀ ਹੈ ਜੀ ਬਣਾ ਜੱਕ ਤੋਂ ਅੰਜੀ ਟਰਾਲੀ 12 ਕੁਆਂਟਲ weight ਹੈ ਜੀ ਟਰਾਲੀ 'ਚ ਮਾਨਸਾ ਦੀ ਬਣੀ ਹੋਈ ਹੈ ਜੀ ਟਰਾਲੀ ਬਾਕੀ ਵਧੀਆ ਫੁੱਲ ਹੈਵੀ ਹੈ ਜੀ ਵਿੱਡਸ ਸਮੇਤ ਹੈ ਜੀ ਐਡਰੈਸ ਸਮੇਤ ਵਕਾਊ ਹੈ ਜੀ ਟਰਾਲੀ ਤੇ ਰੇਟ ਵੀ ਨੇ ਰੱਖੇ ਜੋ 68000 ਰੁਪਏ ਵੀ ਨੇ ਰੇਟ ਰੱਖੇ ਜੀ 68000 ਰੁਪਏ ਵੀ ਨੇ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਕੰਟੈਕਟ ਕਰਕੇ ਜੀ 10/6 ਫੁੱਟੀ ਟਰਾਲੀ ਖਰੀਦ ਸਕਦੇ ਹੋ ਜੀ ਬਾਕੀ ਸਾਰੇ ਟਰੈਕਟਰਾਂ ਦੇ ਵੀਰੇ ਤੇ ਜੇਕਰ ਕਿਸੇ ਵੀ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਈ ਤਾਂ ਕੰਟੈਕਟ ਕਰਕੇ ਜੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬਾਕੀ ਸਾਰੇ ਟਰੈਕਟਰਾਂ ਦੇ ਮਾਲਕ ਵੀਰ ਬਲੋ ਟਰੈਕਟਰ ਦੀ ਪੂਰੀ ਗਾਰੰਟੀ ਹੈ ਜੀ ਕਿਸੇ ਵੀ ਟਰੈਕਟਰ ਨੂੰ ਤੁਸੀਂ ਲੈਂਡਸਮੇ ਵਾਕਏ ਚਲਾ ਕੇ ਚੈੱਕ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਸਾਰੇ ਹੀ ਟਰੈਕਟਰ ਵਧੀਆ ਗੁੱਡ ਕੰਡੀਸ਼ਨ ਚ ਪਏ ਨੇ ਕਿਸੇ ਵੀ ਪ੍ਰਕਾਰ ਦੀ ਕੋਵਿਡ ਇੱਕ ਦੇਣਗੇ ਮਾਲਕ ਵੀਰ ਵੱਲੋਂ ਸਾਰੇ ਟਰੈਕਟਰਾਂ ਦੀ ਵੀਰੇ ਪੂਰੀ ਗਾਰੰਟੀ ਹੈ ਜੀ ਤੇ ਏਰੀਆ ਜੋ ਵੀਰ ਦਾ ਬਰਨਾਲਾ ਵੀਰ ਦਾ ਏਰੀਆ ਜੀ ਬਾਕੀ ਜੋ ਵੀ ਵੀਨੇ ਟਰੈਕਟਰਾਂ ਦਾ ਰੇਟ ਰੱਖਿਆ ਜੀ ਕਿਸੇ ਵੀ ਟਰੈਕਟਰ ਦਾ ਕੋਈ ਵੀ ਫਿਕਸਡ ਰੇਟਰ ਨਹੀਂ ਹੈਗਾ ਜੀ ਬਾਕੀ ਇੱਕ ਤਰ੍ਹਾਂ ਦੀ ਡਿਮਾਂਡ ਰੱਖੀ ਹੋਈ ਆ ਬਾਕੀ ਵੀਰਾਂ ਨਾਲ ਕੰਟੈਕਟ ਕਰਕੇ ਜੀ ਟਰੈਕਟਰ ਦਾ ਲਾਸਟ ਰੇਟ ਪਤਾ ਕਰ ਸਕਦੇ ਹੋ ਰੇਕ ਟਰੈਕਟਰ ਦਾ ਜੀ ਤੇ ਵੀਰਾਂ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਲਗਾਤਾਰ ਸ਼ੋਅ ਰਿਹਾ ਹੁੰਦਾ ਜੀ ਤੇ ਅੱਗੇ ਜੋ ਸੇਲ ਬਸਤ ਹੈ ਜੀ ਸਵਰਾਜ 735 ਐਕਵੀ ਟਰੈਕਟਰ ਵਿਕਿਆ ਹੋਇਆ ਜੀ ਤੇ ਏਅਰ ਟਰੈਕਟਰ 1999 ਮਾਡਲ ਹੈ ਜੀ 1999 ਮਾਡਲ ਜੀ ਟਰੈਕਟਰ ਪੰਜਾਬ ਨੰਬਰ ਹੈ ਜੀ ਟਰੈਕਟਰ ਤੇ ਟਾਇਰਾਂ ਦੀ ਕੰਡੀਸ਼ਨ ਹੈ ਜੋ ਡਾਇਰੈਕਟਰ ਦੇ 99 98% ਕੰਡੀਸ਼ਨ ਚ ਟਾਇਰ ਪੰਨੇ ਜੀ 98 99% ਕੰਡੀਸ਼ਨ ਚ ਟਾਇਰ ਪੰਨੇ ਚਾਰੇ ਟਾਇਰ ਜੋ ਡਾਇਰੈਕਟਰ ਦੇ ਜੀ ਬਾਕੀ ਪੰਜਾਬ ਨੰਬਰ ਡਾਇਰੈਕਟਰ ਆਲ オリジナル ਪਿਆ ਜੀ ਰੇਟ ਵੀ ਨੇ ਰੱਖ ਜੋ 1,95,000 ਰੁਪਏ ਵੀ ਨੇ ਰੇਟ ਰੱਖਿਆ ਜੀ 1,95,000 ਰੁਪਏ ਵੀ ਨੇ ਰੇਟ ਰੱਖਿਆ ਜੀ ਤੇ ਵੀਰ ਦਾ ਕੰਡੈਕਟਰ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਕੰਟੈਕਟ ਕਰਕੇ ਜੀ ਸਬਰਾ 735 ਐਫੀ ਟ੍ਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜੀ ਸਾਰੇ ਵੀਰ ਪਰਮਾ ਦਾ ਤਹਿ ਦਿਲੋਂ ਧੰਨਵਾਦ ਜੀ ਬਾਕੀ ਜੇਕਰ ਕਿਸੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਕੰਟੈਕਟ ਕਰਕੇ ਜੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਤੇ ਕਮੈਂਟ ਕਰਦਿਆ ਕਰੋ ਜੀ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਸ ਪ੍ਰਕਾਰ ਦੇ ਹੋਰ ਨਵੇਂ ਵੀਡੀਓ ਵੇਖਣ ਲੀਜੀ ਓਕੇ ਬੀਰ